परिंदों को नहीं तालीम दी जाती उड़ानों की, वो खुद ही सीख लेते हैं बुलंदी आसमानों की। कानून माड़े ने खबर सुनिया जी। उर्दू एक शेर है कि परिंदों को नहीं तालीम दी जाती उड़ानों की, वो खुद ही सीख लेते हैं बुलंदी आसमानों की। किसानी अंदोलन के जितने नौजवान जुड़े हुए हैं उत्थे बच्चों ने भी पूरा पूरा कह लो कि मोदी के खिलाफ मोर्चा खोल रखा हुआ है। मोहाली के चप्पड़ जी मौजूद आसी इतने किसानी अंदोलन के नौजवान किसान सभा हो रही है, छोटे छोटे बच्चे भी सारे मौजूद हैं, उन्होंने गल करा कि वो इतने क्यों आए हैं। हाँ जी सत श्रीकाल पुत्र जी, थोड़ा की नाम? अंकल मेरा नाम अर्शदीप कौर। अर्शदीप कौर कितों आए? अंकल असि चंडीगढ़ तो आए हैं। अच्छा तुसी क्यों आए हो चंडीगढ़? अंकल जिहड़ा किसानां दा धरना चल रहा है, मोदी ने तीन कानून बिल पास करिया तां उनां दा विरोध करन वास्ते कर रहे तुसी हैं, ते मोदी ने इह गल चंगी कीती है माड़ी कीती होई है? इह कानून माड़े ने। तुहानूं किहने दस्सिया कि कानून माड़े ने? पहला मैनू पता नहीं था कि तीन कानून बिल पास होया, तां मैं अपनी मम्मा तों पुछे वी आ क्या ते फिर उन्होंने दस्सिया वी आ कानून बिल आ ते फिर मैं समझ संदेश देना बच्चे अपने वर्गियां नूं? बस यही कि किसानी धरने जाओ, किसान मजदूर एकता जिंदाबाद। जिंदाबाद एकता, ठीक है। हां जी तुसी इत्थे क्यों आए, तुहाडा नाम की है? कुशान सिंह। अच्छा की है, कित्थों आए हो तुसी? चप्पड़चिड़ी। चप्पड़चिड़ी इत्थे लोकली हो? हां जी। अच्छा इत्थे क्यों आए हो तुसी? असी किसानां नूं सपोर्ट करन आए हैं जी। किसानां नूं सपोर्ट करने हो? तुसी भी किसानी है, किसानी परिवार नाल जुड़े? हां जी। अच्छा तुसी खेती करदे हो? हां जी। अच्छा ये जिहड़े मोदी ने तीन कानून बनाए ने, ये क्यों क्यों बनाए है, की की कहना चाहुंदे इस बारे? मोदी ने जिहड़े कानून बनाए जी ਉਹ ਤਾਂ ਕਿਸਾਨਾਂ ਵਾਸਤੇ ਚੰਗੇ ਨਹੀਂ, ਬਾਕੀ ਜੇ ਕਿਸਾਨ ਹੈ ਤਾਂ ਕਿਸਾਨ ਦੀ ਫਸਲ ਹੈ, ਜੇ ਕਿਸਾਨ ਦੀ ਫਸਲ ਨਹੀਂ ਤਾਂ ਕਿਸਾਨ ਵੀ ਨਹੀਂ। ਹਾਂਜੀ ਤੇ ਕਿਸਾਨਾਂ ਵਾਸਤੇ ਮਾੜੇ ਗੱਲ ਕੀਤੀ ਮੋਦੀ ਨੇ? ਹਾਂਜੀ ਤੇ ਤੁਹਾਨੂੰ ਕੀ ਦੱਸਿਆ ਕਿ ਕਾਨੂੰਨ ਮਾੜੇ ਨੇ? ਖਬਰਾਂ ਚ ਸੁਣਿਆ ਜੀ। ਖਬਰਾਂ ਸੁਣਦੇ? ਹਾਂਜੀ ਤੇ ਸਾਡੇ ਘਰ ਦੇ ਦਿੱਲੀ ਗਏ ਵਿੱਚ ਦੀ ਮੇਰੇ ਨਾਨਾ ਜੀ। ਨਾਨਾ ਜੀ ਤੁਹਾਡੇ ਦਿੱਲੀ ਗਏ? ਹਾਂਜੀ। ਓਕੇ ਅੱਛਾ ਅੱਛਾ ਤੇ ਕੀ ਸੰਦੇਸ਼ ਜਨਾਬ ਅਗਰ ਕੇ ਬੱਚਿਆਂ ਤੁਸੀਂ? ਅਸੀਂ ਤਾਂ ਜੀ ਆਏ ਕਹਿਣਾ ਚਾਹੁੰਦੇ ਕਿ ਤੁਸੀਂ ਸਾਰੇ ਕਿਸਾਨਾਂ ਨੂੰ ਸਪੋਰਟ ਕਰੋ। ਤੁਹਾਡੇ ਤੁਹਾਡੇ ਮਿੱਤਰ ਵੀ ਆਏ ਨਾਲ? ਹਾਂਜੀ। ਕਿਹੜੇ ਕਿਹੜੇ ਤੁਹਾਡੇ ਮਿੱਤਰ ਨਾਲ ਆਏ ਤੁਹਾਡੇ ਨਾਲ ਸਪੋਰਟ ਕਰਨ ਵਾਸਤੇ ਕਿਸਾਨਾਂ ਨੂੰ? ਹਾਂਜੀ ਇਹ ਮੇਰਾ ਦੋਸਤ ਸਫਲ ਹੈ ਜੀ। ਸਫਲ ਹੈ? ਸਫਲ ਨਾਲ ਗੱਲ ਕਰ ਲਈ? ਹਾਂਜੀ ਸਫਲ। ਤੇ ਸਫਲ ਭਾ ਤੁਹਾਡਾ ਕਿੱਥੋਂ ਆਏ ਹੋ ਸਫਲ? ਮੈਂ ਵੀ ਇਹਨਾਂ ਦੇ ਪਿੰਡ ਤੋਂ ਹੀ ਆਇਆ। ਅੱਛਾ ਤੁਸੀਂ ਚੱਪੜਚਿੜੀ ਤੋਂ ਆਏ ਹੋ? ਹਾਂ ਮੇਰੀ ਕੀ ਇਹਨਾਂ ਦੇ ਘਰ ਦੇ ਸਾਹਮਣੇ ਮੇਰਾ ਘਰ ਹੈ। ਅੱਛਾ ਤੁਹਾਨੂੰ ਕਿਹਨੇ ਕਿਤੇ ਕੌਣ ਲੈ ਕੇ ਆਇਆ ਇੱਥੇ? ਇੱਥੇ ਸਾਨੂੰ ਘਰ ਦੇ ਲੈ ਕੇ ਆਏ। ਘਰ ਦੇ ਲੈ ਕੇ ਆਏ ਨੇ? ਕੀ ਕਹਿੰਦੇ ਤੁਹਾਡੇ ਘਰ ਤੁਹਾਨੂੰ? ਵੀ ਇੱਥੇ ਅੰਦੋਲਨ ਆਣਾ ਹੈ, ਕਿਸਾਨ ਰੈਲੀ ਹੈ, ਵੀ ਤੁਸੀਂ ਵੀ ਜਾਓ ਉੱਥੇ। ਪਤਾ ਇੱਥੇ ਕਿਉਂ ਇਕੱਠੇ ਹੋਏ ਨੇ ਸਾਰੇ? ਕਿਉਂਕਿ ਆਪਣੇ ਹੱਕ ਲੈਣ ਵੀ ਇਕੱਠੇ ਹੋਏ ਹੈ, ਵੀ ਮੋਦੀ ਨੂੰ ਵੀ ਪਤਾ ਲੱਗਿਆ ਵੀ ਪਿੱਛੇ ਵੀ ਕਿਸਾਨ ਬੈਠੇ ਹੈ। ਜੇ ਮੋਦੀ ਦੇ ਵੀ ਤੁਹਾਨੂੰ ਪਤਾ ਹੈ ਕਿ ਮੋਦੀ ਨੇ ਮਾੜਾ ਕੰਮ ਕੀਤਾ ਹੈ। ਹਾਂ ਮਾੜਾ ਕੰਮ ਕੀਤਾ ਮੋਦੀ ਨੇ, ਕਾਨੂੰਨ ਰੱਦ ਕਰਕੇ। ਨੋ ਫਾਰਮਰ ਨੋ ਫੂਡ ਦਾ ਤੇ ਫਿਊਚਰ ਦਾ ਮਤਲਬ ਇਹ ਹੈ, ਜਿਨ੍ਹਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਉਹਦਾ ਮਤਲਬ ਇਹ ਹੈ ਨੋ ਫਾਰਮਰ। ਜੇ ਕਿਸਾਨ ਦੀ ਖੇਤ ਨਹੀਂ ਹੋਊਗੇ ਤਾਂ ਫਾਰਮਰ ਫੂਡ ਦਾ ਮਤਲਬ ਵੀ ਖਾਣਾ ਨਹੀਂ ਹੋਊਗਾ, ਜੇ ਖਾਣਾ ਨਹੀਂ ਹੋਊਗਾ ਤਾਂ ਆਪਣੀ ਜ਼ਿੰਦਗੀ ਨਹੀਂ ਹੋਊਗੀ। ਤੇ ਹੋਰ ਕੀ ਸੰਦੇਸ਼ ਦਿਓਗੇ ਤੁਸੀਂ ਆਪਣੇ ਵਰਗੇ ਬੱਚਿਆਂ ਨੂੰ? ਮੈਂ ਆਹੀ ਕਹਿਣਾ ਚਾਹੁੰਦਾ ਵੀ ਸਾਰੇ ਕਿਸਾਨ ਅੰਦੋਲਨ ਦੇ ਨਾਲ ਜਾ ਕੇ ਰਹਿ ਰਹੇ ਨੇ, ਵੀ ਉੱਥੇ ਕਿਸਾਨ ਠੰਡ ਚ ਬੈਠੇ ਆਪਣੇ ਸੜਕਾਂ ਦੇ ਉੱਤੇ, ਨਾ ਕੋਈ ਮੈਟ ਵਿਛਾ ਰਹੇ ਆ ਉਹ ਉਹਨਾਂ ਦੇ ਨੀਚੇ ਕੋਈ ਮੈਟ ਨਹੀਂ, ਠੰਡੀਆਂ ਸੜਕਾਂ ਏ। ਕਈ ਮੈਨੂੰ ਇਸ ਤਰ੍ਹਾਂ ਹੀ ਯਾਦ ਆਉਂਦੀ ਹੈ
ਝੰਡੇਪੁਰ ਜੀ ਬਹੁਤ ਹੀ ਰਾਤਾਂ ਕੱਟੀਆਂ ਨੇ ਤੇ ਇਤਰਾ ਹੀ ਅੰਦੋਲਨ ਉਤਰੀ ਚੱਲ ਰਿਹਾ ਹੈ ਤੇ ਕਿਸੇ ਨੂੰ ਕੋਈ ਠੰਡ ਨਹੀਂ ਸਿੰਘਾਂ ਵੱਲੋਂ ਕਿਸੇ ਨੂੰ ਕੋਈ ਠੰਡ ਲੱਗਦੀ ਨਹੀਂ ਤੇ ਲੱਗਣੀ ਵੀ ਨਹੀਂ ਹੈ ਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਆਪਾਂ ਦਾ ਘਰੇ ਰਾਮ ਦੇ ਰਜਾਈ ਜਰੂਰ ਕੇ ਬੈਠਦੇ ਪਰ ਕਿਸਾਨਾਂ ਦਾ ਕਿਸੇ ਨੂੰ ਕੋਈ ਖਿਆਲ ਨਹੀਂ ਤੇ ਉਹ ਇਤਿਹਾਸ ਲੋਕ ਭੁੱਲ ਚੁੱਕੇ ਨੇ कानून चंगे ने जा कानून माड़े ने मोदी सरकार के खिलाफ केंद्र सरकार के खिलाफ कानून के खिलाफ ये करोगे जो साडे सारे सामने है।